ਤਾਂ ਜੋ ਭਗਤ ਰਾਮ ਮੰਦਿਰ ਆ ਰਹੇ ਨੇ ਅਯੋਧਿਆ ਦੀ ਧਰਤੀ ਦੇ ਉੱਤੇ ਆ ਰਹੇ ਨੇ, ਉਹਨਾਂ ਨੂੰ ਅਸੀਂ ਦੱਸ ਰਹੇ ਹਾਂ ਕਿ ਕਿਸ ਤਰੀਕੇ ਨਾਲ ਤੁਹਾਨੂੰ ਇੱਥੇ ਦਰਸ਼ਨ ਹੋਣਗੇ। ਤਾਂ ਇਹ ਦਰਸ਼ਨਾਂ ਦਾ ਦੂਜਾ ਪੜਾਅ ਏ ਜਦੋਂ ਤੁਸੀਂ ਅੱਗੇ ਵਧਦੇ ਹੋ। ਦੇਖੋ ਕੋਰੀਡੋਰ ਵਾਲੇ ਪਾਸੇ ਤੋਂ ਅਸੀਂ ਆਏ ਸੀ, ਤਸਵੀਰਾਂ ਤੁਹਾਨੂੰ ਦਿਖਾਈਆਂ, ਤੇ ਉਸ ਤੋਂ ਬਾਅਦ ਕੋਰੀਡੋਰ ਤੋਂ ਅੱਗੇ ਲਾਈਨਾਂ ਦੇ ਵਿੱਚ ਜਿਹੜੇ ਸ਼ਰਧਾਲੂ ਨੇ ਦਰਸ਼ਨ ਕਰਨ ਦੇ ਚਾਹਵਾਨ ਨੇ, ਉਹਨਾਂ ਨੂੰ ਲਾਈਨ ਦੇ ਜ਼ਰੀਏ ਇਸ ਤਰੀਕੇ ਨਾਲ ਰੈਪਿਡ ਐਕਸ਼ਨ ਫੋਰਸ ਲੱਗੀ ਹੋਈ ਹੈ, ਯੂਪੀ ਪੁਲਿਸ ਲੱਗੀ ਹੋਈ ਹੈ, ਇਸ ਦੇ ਨਾਲ ਸੀਆਰਪੀਐਫ ਦੇ ਜਵਾਨ ਸਾਨੂੰ ਇੱਥੇ ਨਜ਼ਰ ਆ ਰਹੇ ਨੇ, ਤੇ ਇਹ ਲਾਈਨਾਂ ਦੇ ਵਿੱਚ ਇਹਨਾਂ ਨੂੰ ਇੱਕ ਇੱਕ ਦੋ ਦੋ ਕਰਕੇ ਅੱਗੇ ਭੇਜਿਆ ਜਾ ਰਿਹਾ। ਸਵੇਰ ਦੇ ਨਾਲੋਂ ਥੋੜੀ ਦੇਰ ਬਾਅਦ ਜ਼ਰੂਰ ਸਥਿਤੀ ਕੰਟਰੋਲ ਦੇ ਵਿੱਚ ਹੋਈ, ਜੈ ਸ਼੍ਰੀ ਰਾਮ ਦੇ ਤੁਹਾਨੂੰ ਜ਼ਰੂਰ ਇੱਥੇ ਜੈ ਘੋਸ਼ ਸੁਣਾਈ ਦੇ ਰਹੇ ਹੋਣਗੇ। ਤਾਂ ਇਹ ਅੱਗੇ ਵੱਧ ਰਹੇ ਨੇ ਇੱਕ ਇੱਕ ਕਰਕੇ। ਤਾਂ ਅੱਗੇ ਆਪਾਂ ਚੱਲਦੇ ਹਾਂ ਕਿ ਕਿੱਥੇ ਤੱਕ ਕੈਮਰਾ ਅਲਾਊਡ ਹੈ, ਉਹ ਵੀ ਮੈਂ ਤੁਹਾਨੂੰ ਦਿਖਾਵਾਂਗਾ, ਔਰ ਤਸਵੀਰ ਸਾਡੀ ਇਹੀ ਕੋਸ਼ਿਸ਼ ਹੈ ਕਿ ਅਸੀਂ ਤੁਹਾਨੂੰ ਜ਼ਰੂਰ ਦਿਖਾ ਸਕੀਏ ਕਿ ਜਦੋਂ ਤੁਸੀਂ ਰਾਮ ਮੰਦਿਰ ਦੇ ਦਰਸ਼ਨ ਦੇ ਲਈ ਆ ਰਹੇ ਹੋ ਤਾਂ ਤੁਹਾਨੂੰ ਕਿਸ ਤਰੀਕੇ ਨਾਲ ਖਿਆਲ ਰੱਖਣਾ, ਕਿਹੜੀ ਚੀਜ਼ ਦਾ। ਦੇਖੋ ਇੱਕ ਤਾਂ ਸਮਾਨ ਤੁਹਾਡੇ ਕੋਲ, ਜੇਕਰ ਤੁਸੀਂ ਇੱਥੇ ਪਹੁੰਚੇ ਹੋ, ਰੂਮ ਕੋਈ ਲਿਆ ਹੋਇਆ, ਕੋਈ ਥਾਂ ਹੈ, ਆਸ਼ਰਮ ਹੈ ਉਸ ਦੇ ਵਿੱਚੋਂ, ਤਾਂ ਫਿਰ ਤੁਸੀਂ ਇਸ ਚੀਜ਼ ਦਾ ਜ਼ਰੂਰ ਧਿਆਨ ਰੱਖਣਾ ਕਿ ਉੱਥੇ ਸਾਰਾ ਸਮਾਨ ਤੁਸੀਂ ਰੱਖ ਦਿਓ, ਕਿਉਂਕਿ ਅੰਦਰ ਬੈਗ ਵਗੈਰਾ ਅਲਾਊਡ ਨਹੀਂ ਹੋਣਗੇ। ਤੇ ਉਸ ਤੋਂ ਬਾਅਦ ਜਦੋਂ ਅਸੀਂ ਅੱਗੇ ਵੱਧ ਰਹੇ ਹਾਂ ਤਾਂ ਉਸ ਪੁਆਇੰਟ ਦੇ ਉੱਤੇ ਮੈਂ ਆਵਾਂਗਾ, ਇਹ ਤੁਸੀਂ ਦੂਜਾ ਪੜਾਅ ਕਹਿ ਸਕਦੇ ਹੋ। ਇੱਕ ਤਾਂ ਬਿਲਕੁਲ ਐਂਟਰੀ ਤੇ ਜਿਹੜੀ ਅਸੀਂ ਤੁਹਾਨੂੰ ਦਿਖਾਈ ਸੀ, ਜਿੱਥੋਂ ਪੂਰੀ ਤਰੀਕੇ ਨਾਲ ਰਾਮ ਮੰਦਿਰ ਦੇ ਅੰਦਰ ਜਾਣ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ, ਤੇ ਉਸ ਤੋਂ ਬਾਅਦ ਇਹ ਲਾਈਨਾਂ ਦੇ ਜ਼ਰੀਏ ਅੱਗੇ ਵੱਧ ਰਹੇ ਨੇ, ਔਰ ਲਾਈਨਾਂ ਦੇ ਅੱਗੇ ਜ਼ਰੀਏ ਵੱਧਦੇ ਵੱਧਦੇ ਦੇਖੋ ਤੁਸੀਂ ਅੱਗੇ ਜਿਹੜੇ ਸ਼ਰਧਾਲੂ ਜਾ ਰਹੇ ਨੇ, ਬਹੁਤ ਸਾਰੇ ਪੁਲਿਸ ਦੇ ਜਵਾਨ, ਕਿਉਂਕਿ ਬਹੁਤ ਜ਼ਬਰਦਸਤ ਇਸ ਸਮੇਂ ਭੀੜ ਹੈਗੀ ਹੈ, ਇਸ ਕਰਕੇ ਬਹੁਤ ਸਾਰੇ ਪੁਲਿਸ ਦੇ ਜਵਾਨ, ਮਹਿਲਾ ਰੈਪਟੈਕਸ਼ਨ ਫੋਰਸ ਦੇ ਜਵਾਨ ਉਹ ਤੁਹਾਨੂੰ ਨਜ਼ਰ ਆ ਰਹੇ ਨੇ। ਪੁਲਿਸ ਦੇ ਕਈ ਵੱਡੇ ਅਧਿਕਾਰੀ, ਕਈ IPS ਅਧਿਕਾਰੀ ਖੁਦ ਮੋਰਚਾ ਇੱਥੇ ਸੰਭਾਲੇ ਹੋਏ ਨੇ, ਤਾਂ ਕਿ ਜਿਹੜੀ ਭੀੜ ਇੱਥੇ ਆ ਰਹੀ ਹੈ ਉਹਨਾਂ ਨੂੰ ਕੰਟਰੋਲ ਕੀਤਾ ਜਾ ਸਕੇ, ਉਹਨਾਂ ਨੂੰ ਦਰਸ਼ਨਾਂ ਦੇ ਵਿੱਚ ਕੋਈ ਦਿੱਕਤ ਨਾ ਹੋਵੇ। ਤਾਂ ਉਹ ਤਸਵੀਰਾਂ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ, ਔਰ ਇਹ ਵੀ ਪੁਆਇੰਟ ਹੈ ਕਿ ਜਿੱਥੇ ਅਜੇ ਤਸਵੀਰਾਂ ਦਿਖਾ ਰਹੇ ਨੇ, ਇਸ ਤੋਂ ਅੱਗੇ ਜੇਕਰ ਅਜੇ ਪਿੱਛੇ ਤੁਸੀਂ ਦਿਖਾ ਸਕੋ ਇੱਕ ਵਾਰੀ ਤਸਵੀਰਾਂ ਦੇ ਵਿੱਚ, ਕਿਉਂਕਿ ਉਸ ਪੁਆਇੰਟ ਤੋਂ ਅੱਗੇ ਜਾ ਕੇ ਕੈਮਰਾ ਅਲਾਊਡ ਨਹੀਂ ਹੈ ਜਿੱਥੇ ਮੈਂ ਇਸ ਸਮੇਂ ਮੌਜੂਦ ਹਾਂ। ਇੱਥੇ ਤਾਂ ਕੈਮਰਾ ਜ਼ਰੂਰ ਅਲਾਊਡ ਹੈਗਾ ਹੈ, ਔਰ ਇੱਥੇ ਮੀਡੀਆ ਦੇ ਸਾਡੇ ਸਾਥੀ ਕੁਝ ਬੈਠੇ ਹੋਏ ਨੇ, ਔਰ ਉਸ ਤੋਂ ਮੈਂ ਅਗਲੇ ਪੁਆਇੰਟ ਤੇ ਜ਼ਿਕਰ ਕਰਾਂ। ਤਾਂ ਇੱਕ ਹੋਰ ਬੈਰੀਕੇਡ ਆ ਗਿਆ, ਔਰ ਇਸ ਬੈਰੀਕੇਡ ਤੋਂ ਅੱਗੇ ਕੈਮਰਾ ਅਲਾਊਡ ਨਹੀਂ ਹੈ, ਔਰ ਵਿਵਸਥਿਤ ਕਰਨ ਦੀਆਂ ਚੀਜ਼ਾਂ ਲਗਾਤਾਰ ਕੋਸ਼ਿਸ਼ ਹੋ ਰਹੀ ਹੈ। ਜੇਕਰ ਅਜੇ ਤਸਵੀਰਾਂ ਦਿਖਾ ਸਕਣਾ, ਜੇ ਥੋੜੇ ਅੱਗੇ ਆ ਸਕਦੇ ਹੋ ਤੁਸੀਂ ਆ ਜਾਓ ਅੱਗੇ, ਜੇਕਰ ਅਜੇ ਆ ਸਕੀਏ ਅਸੀਂ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਹੈ। ਮੈਂ ਅੰਦਰ ਰਾਮ ਮੰਦਿਰ ਵੀ ਤੁਹਾਨੂੰ ਲੈ ਕੇ ਚੱਲਾਂਗਾ, ਦਰਸ਼ਨ ਅੰਦਰ ਕਿਸ ਤਰੀਕੇ ਨਾਲ ਹੋ ਰਹੇ ਨੇ, ਉੱਥੇ ਕੀ ਕੁਝ ਸਥਿਤੀ ਹੈ ਉਹ ਵੀ ਤੁਹਾਨੂੰ ਦਿਖਾਵਾਂਗਾ। ਪਰ ਇਹ ਬੈਰੀਕੇਡਸ ਕੀਤੇ ਗਏ ਨੇ, ਔਰ ਇੱਕ ਇੱਕ ਕਰਕੇ ਜਿਹੜੇ ਲੋਕ ਨੇ ਉਹਨਾਂ ਨੂੰ ਅੰਦਰ ਭੇਜਿਆ ਜਾ ਰਿਹਾ ਹੈ, ਔਰ ਬੈਗ ਅੰਦਰ ਫਿਲਹਾਲ ਅਲਾਊਡ ਨਹੀਂ ਨੇ। ਔਰ ਜਿਹੜਾ ਕੋਈ ਸਮਾਨ ਲੈ ਕੇ ਅੰਦਰ ਜਾ ਰਿਹਾ, ਜਾਂ ਤਾਂ ਉਹ ਇੱਥੇ ਹੀ ਰੱਖਦੇ ਨੇ, ਜਾਂ ਫਿਰ ਉਹ ਆਪਣੇ ਕਿਸੇ ਸਾਥੀ ਨੂੰ ਬਾਹਰ ਛੱਡ ਜਾਂਦੇ ਨੇ ਕਿ ਬਾਅਦ ਦੇ ਵਿੱਚ ਉਹ ਆ ਕੇ ਦਰਸ਼ਨ ਕਰ ਸਕਣ। ਤਸਵੀਰਾਂ ਇਸ ਪੁਆਇੰਟ ਤੋਂ ਅੱਗੇ ਹੁਣ ਸਾਨੂੰ ਕੈਮਰਾ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਹੈ। ਤਾਂ ਅਜੇ ਅਸੀਂ ਇੱਕ ਵਾਰੀ ਫਿਰ ਪਿੱਛੇ ਆ ਕੇ ਹੋਰ ਤਸਵੀਰਾਂ ਦਿਖਾਉਂਦੇ ਹਾਂ, ਤਾਂ ਕਿਉਂਕਿ ਜਿਹੜੇ ਬੈਗ ਲੈ ਕੇ ਆ ਰਹੇ ਨੇ ਉਹ ਬੈਗ ਅਲਾਊਡ ਨਹੀਂ ਹੈ। ਮੈਂ ਇਸ ਕਰਕੇ ਪਹਿਲਾਂ ਜ਼ਿਕਰ ਕਰ ਦਿੱਤਾ ਸੀ ਕਿ ਜੇਕਰ ਤੁਸੀਂ ਵੀ ਇੱਥੇ ਆ ਰਹੇ ਹੋ ਤਾਂ ਇਸ ਚੀਜ਼ ਦਾ ਜ਼ਰੂਰ ਧਿਆਨ ਰੱਖਣਾ ਕਿ ਤੁਹਾਡੇ ਕੋਲ ਕੋਈ ਪਾਰਸਲ ਨਾ ਹੋਵੇ, ਕੋਈ ਬੈਗ, ਕੋਈ ਲਿਫਾਫੇ ਇਸ ਤਰੀਕੇ ਨਾਲ ਨਾ ਹੋਣ, ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਿਕਿਉਰਿਟੀ ਹੋਰ ਜ਼ਿਆਦਾ ਹੋਏਗੀ ਤਾਂ ਫਿਰ ਦਿੱਕਤਾਂ ਆ ਸਕਦੀਆਂ ਨੇ। ਹੁਣ ਇਹ ਲੋਕ ਇਸੇ ਤਰੀਕੇ ਨਾਲ ਕਰ ਰਹੇ ਨੇ ਕਿ ਬੈਗ ਇੱਥੇ ਰੱਖਣ, ਤੇ ਉਸ ਤੋਂ ਬਾਅਦ ਇਹਨਾਂ ਦਾ ਕੋਈ ਆਪਸੀ ਇੱਕ ਰਹੇ ਇੱਥੇ। ਮੈਂ ਪੁੱਛਦਾ ਕਹਾਂ ਸੇ ਆਏ ਆ? ਹਮ ਸਿੰਗਰੌਲੀ ਮੱਧ ਪ੍ਰਦੇਸ਼ ਸੇ ਆਏ। ਕਿਆ ਇਹ ਸਮਾਨ ਅੰਦਰ ਨਹੀਂ ਲਿਜਾਣੇ ਦੇ ਰਹੇ? ਨਹੀਂ, ਉਨ੍ਹਾਂ ਬੋਲਾ ਕਿ ਬਾਹਰ ਰੱਖਣੇ ਕੇ ਲਈ, ਉਨ੍ਹਾਂ ਨੇ ਕੁਝ ਬੋਲਾ ਨਹੀਂ ਕਿ ਅੰਦਰ ਲਿਜਾਣੇ ਕੇ ਲਈ, ਐਸਾ ਬਾਹਰ ਰੱਖਣੇ ਕਾ ਮਤਲਬ ਅੰਦਰ ਨਹੀਂ ਜਾਏਗਾ। ਹਾਂ, ਮਤਲਬ ਤੁਸੀਂ ਬਰੋਦ ਹੈ। ਚਲਿਏ ਠੀਕ ਹੈ, ਤੋ ਅਬ ਫਿਰ ਕੈਸੇ ਸਮਾਨ ਯਹਾਂ ਪਰ ਰਹੇਗਾ? ਕੋਈ ਸਾਥ ਛੋੜ ਕੇ ਜਾ ਰਹੇ ਕਿਸੀ ਕੋ? ਨਹੀਂ, ਐਸਾ ਕੁਝ ਨਹੀਂ ਹੈ ਕਿ ਯਾਰ ਉਸ ਕੋਲ ਲੈ ਕੇ ਜਾਣਾ ਜ਼ਰੂਰੀ, ਲੇਕਿਨ ਸੁਰੱਖਿਆ ਕੀ ਦ੍ਰਿਸ਼ਟੀ ਸੇ ਉਨਕੋ